ਇੱਥੋਂ ਲੈ ਕੇ ਜਾਣੇ ਨੇ ਹੁਣ ਆਪਾਂ ਫਲਾਂ ਵਾਲੇ ਬੂਟੇ। ਇਹ ਯੂਨੀਵਰਸਿਟੀ ਵਾਲਿਆਂ ਦੀ ਲਾਈ ਹੋਈ ਆ ਸਟਾਲ, ਬੂਟੇ ਮਿਲਦੇ ਨੇ। ਦੇਖੋ ਆ ਜਿਵੇਂ ਆਹ ਲਾਏ ਹੋਏ ਨੇ ਬਾਈ ਹੋਣੀ, ਕਿੰਨੇ ਦਾ ਆ ਬਾਈ ਇਹ? ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਆਪਾਂ ਆਏ ਹੋਏ ਹਾਂ PAU ਕਿਸਾਨ ਮੇਲਾ ਲੁਧਿਆਣੇ ਵਿਖੇ, ਅਤੇ ਆਹ ਦੇਖੋ ਸਾਰੀਆਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ। ਪਹਿਲਾਂ ਵੀ ਆਪਾਂ ਕਾਫੀ ਪਾਰਟ ਮੇਲੇ ਦੇ ਅਪਲੋਡ ਕੀਤੇ ਨੇ, ਕਿਉਂਕਿ ਇਹ ਮੇਲਾ ਕਾਫੀ ਵੱਡਾ ਹੁੰਦਾ ਤਾਂ ਇੱਕ ਵੀਡੀਓ ਦੇ ਵਿੱਚ ਕਵਰ ਕਰਨਾ ਜਿਹੜਾ ਔਖਾ ਹੋ ਜਾਂਦਾ, ਤਾਂ ਅਲੱਗ ਅਲੱਗ ਪਾਰਟ ਇਹਦੇ ਪਾਉਣੇ ਪੈਂਦੇ ਨੇ। ਆਹ ਜਿਵੇਂ ਟਾਇਰਾਂ ਵਾਲੀ ਸਟਾਲ ਆ ਗਈ, ਸਾਰੀਆਂ ਐਵੇਂ ਅਲੱਗ ਅਲੱਗ ਇੱਥੇ ਸਟਾਲਾਂ ਨੇ। ਆਹ ਬਲੇਡਾਂ ਵਾਲੀ ਆ ਗਈ, ਆਹ ਦੇਖੋ। ਬਾਕੀ ਪੂਰਾ ਡਿਟੇਲ ਦੇ ਵਿੱਚ ਵੀ ਆਪਾਂ ਮਸ਼ੀਨਰੀ ਦਿਖਾਈ ਹੋਈ ਆ, ਉਹ ਵੀ ਬਲੌਗ ਪਾਇਆ ਸੀਗਾ। ਆਹ ਬਾਹਰਲੀਆਂ ਸਟਾਲਾਂ ਆ ਗਈਆਂ, ਅਤੇ ਜਿਹੜੀਆਂ ਵਿੱਚ ਸਟਾਲਾਂ ਹੁੰਦੀਆਂ ਨੇ ਉਹ ਹੋਰ ਹੁੰਦੀਆਂ ਨੇਗੀਆਂ। ਇਹ ਬਾਹਰ ਰੋਡ 'ਤੇ ਨੇਗੀਆਂ, ਆਲੇ ਦੁਆਲੇ ਦਾ ਜਿਹੜਾ ਇਹ ਰੋਡ ਆ। ਲਓ ਜੀ ਪੂਰਾ ਇਕੱਠ, ਅੱਜ ਦੂਸਰਾ ਦਿਨ ਹੈ ਮੇਲੇ ਦਾ। ਦੋ ਦਿਨ ਸੀ ਇਹ ਮੇਲਾ, 14 ਅਤੇ 15 ਦਾ, 14-15 ਮਾਰਚ ਦਾ ਦੂਸਰਾ ਦਿਨ ਅੱਜ। ਬਾਕੀ ਇੱਧਰ ਸਾਹਮਣੇ ਰੂਟਾਵੀਟਰ ਵਾਲੇ, ਲਓ ਜੀ ਇਸ ਤਰ੍ਹਾਂ ਸਾਰੀਆਂ ਕੰਪਨੀਆਂ ਨੇ ਆਪਦੇ ਜਿਹੜੇ ਪ੍ਰੋਡਕਟ ਨੇ ਉਹ ਇੱਥੇ ਲਾਏ ਹੋਏ ਨੇ। ਇੱਥੇ ਸਾਰੀਆਂ ਮਿਕਸ ਜੀਆਂ ਇਹ ਲੱਗੀਆਂ ਹੋਈਆਂ ਨੇ ਜਿਹੜੀਆਂ ਸਟਾਲਾਂ ਨੇ। ਬਾਕੀ ਆਹ ਦੇਖੋ ਆਹ ਛੱਲੇ ਵਗੈਰਾ ਵਾਲੀ ਆ ਗਈ, ਕਈ ਭਾਗਾਂ 'ਚ ਹੁੰਦਾ ਮੇਲਾ ਵੰਡਿਆ ਹੋਇਆ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈਆਂ ਹੀ ਨੇ। ਅਤੇ ਆਹ ਆ ਗਈ ਕਿਤਾਬਾਂ ਵਾਲੀ ਸਟਾਲ, ਦੇਖ ਸਕਦੇ ਹੋ ਤੁਸੀਂ ਇੱਥੇ। ਬਾਕੀ ਇੱਥੇ ਖੂਨਦਾਨ ਕੈਂਪ ਵੀ ਲੱਗੇ ਹੋਏ ਨੇ, ਫ੍ਰੀ ਮੈਡੀਕਲ ਵਾਲੇ ਚੈੱਕਅਪ ਵਾਲੇ ਵੀ ਲੱਗੇ ਹੋਏ ਨੇਗੇ। ਆ ਵੀ ਇੱਧਰ ਸਾਹਮਣੇ ਵੀ ਕਿਤਾਬਾਂ ਵਾਲੀ ਆ ਗਈ ਸਟਾਲ, ਅੱਜ ਭੀੜ ਬਹੁਤ ਜ਼ਿਆਦਾ ਮੇਲੇ 'ਚ, ਕੱਲ੍ਹ ਵੀ ਬਹੁਤ ਜ਼ਿਆਦਾ ਸੀ, ਅੱਜ ਦੂਸਰਾ ਦਿਨ ਹੈ ਨਾ, ਤਾਂ ਕਰਕੇ ਫਿਰ ਜ਼ਿਆਦਾ ਭੀੜ ਹੋ ਗਈ ਅੱਜ। ਅੱਜ ਬਹੁਤ ਭੱਜ ਗਿਆ ਮੇਲਾ। ਸਾਰੀਆਂ ਸਟਾਲਾਂ ਕ੍ਰਿਤੀ ਕਲਾਕਾਰ ਵਾਲਿਆਂ ਦੀ ਸਟਾਲ ਆ, ਦੇਖ ਸਕਦੇ ਹੋ ਤੁਸੀਂ। ਆਹ ਵੀ ਸਾਰੀ ਕਿਤਾਬਾਂ ਵਾਲੀ ਆ ਗਈ ਸਟਾਲ, ਲਓ ਜੀ। ਵਾਲੇ ਪਾਸੇ ਕਿਤਾਬਾਂ ਵਾਲੀਆਂ ਸਟਾਲਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਨੇ। ਇੱਥੇ ਆਹ ਖੂਨਦਾਨ ਆ ਗਿਆ, ਖੂਨਦਾਨ ਕੈਂਪ,
ਆ ਵੀ ਕਿਤਾਬਾਂ ਵਾਲੀ ਆ ਗਈ ਦੇਖੋ, ਕਿਤਾਬ ਹੱਟ ਬਾਕੀ ਕੁਛ ਇੱਧਰ ਖਾਣ ਪੀਣ ਵਾਲੀਆਂ ਆ ਗਈਆਂ ਸਟਾਲਾਂ। ਆ ਵੀ ਬੁੱਕਾਂ ਵਾਲੀਆਂ ਆ ਗਈਆਂ, ਇਹ ਪਾਸੇ ਕਿਤਾਬਾਂ ਵਾਲੀਆਂ ਬਹੁਤ ਜ਼ਿਆਦਾ ਨੇ। ਫਰੀ ਮੈਡੀਕਲ ਕੈਂਪ ਆ, ਆ ਗਏ ਛੱਲੇ ਵਗੈਰਾ ਦੇਖੋ। ਦੇਖੋ ਜੀ ਆਹ ਵੀ ਕਿਤਾਬਾਂ ਵਾਲਿਆਂ ਦਾ ਆ ਗਿਆ, ਦ ਕਿਤਾਬ ਆਰਟ ਪਬਲੀਕੇਸ਼ਨ। ਇੱਧਰ ਵੀ ਕਿਤਾਬਾਂ ਵਾਲੀ ਆ ਗਈ, ਕਿਤਾਬਾਂ ਵਾਲੀਆਂ ਹੀ ਨੇ ਸਾਰੇ, ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ। ਦੇਖੋ ਆ ਰਹੀਆਂ ਜ਼ਿਆਦਾ ਇੱਧਰ ਕਿਤਾਬਾਂ ਵਾਲੀਆਂ ਸਟਾਲਸ ਦੇਖਣ ਨੂੰ ਮਿਲਣਗੀਆਂ। ਇੱਧਰ ਵੀ ਆ ਵੀ ਦੇਖ ਸਕਦੇ ਹੋ ਤੁਸੀਂ ਕਿਤਾਬਾਂ ਵਾਲੀ ਸਟਾਲ ਆ। ਸ਼ਹਿਦ ਵਗੈਰਾ ਆ ਗਿਆ, ਦਵਾਈਆਂ ਆ ਗਈਆਂ ਦੇਸੀ। ਬਾਕੀ ਐਵੇਂ ਸਾਰੀਆਂ ਇਹ ਸਟਾਲਾਂ ਰੋਡ ਦੇ ਨਾਲ ਨਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਕਾਫੀ ਦੂਰ ਤੱਕ। ਲਓ ਜੀ ਆ ਗਈਆਂ ਸਾਰੀਆਂ ਆਲੂਆਂ ਦੀਆਂ ਕਿਸਮਾਂ। ਆਹ ਦੇਖੋ ਕਾਲੀ ਗਾਜਰ ਜਿਵੇਂ ਹੈ ਨਾ, ਆਹ ਵੀ ਆਲੂਆਂ ਦੀਆਂ ਕਿਸਮਾਂ, ਟਮਾਟਰ, ਨਿੰਬੂ, ਇਸ ਤਰ੍ਹਾਂ ਸਾਰੀਆਂ ਅਲੱਗ ਅਲੱਗ ਕਿਸਮਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ। ਬਾਏ।
ਬਾਰਾਮਾਸੀ ਅਲੱਗ ਅਲੱਗ ਕਿਸਮਾਂ ਨੇ ਹਰੇਕ ਚੀਜ਼ ਦੀਆਂ। ਗੰਨੇ ਦੀਆਂ ਆ ਗਈਆਂ ਇਹ ਕਿਸਮਾਂ, ਅਲੱਗ ਅਲੱਗ ਸਬਜ਼ੀਆਂ, ਸ਼ਿਮਲਾ ਮਿਰਚ, ਆਹ ਫੁੱਲਾਂ ਦੀਆਂ ਦੇਖੋ ਅਲੱਗ ਅਲੱਗ ਕਿਸਮਾਂ, ਦੇਖੋ ਜਫਰੀ ਲਾਲ, ਜਫਰੀ ਬਸੰਤੀ, ਜਫਰੀ ਪੀਲੀ, ਸਾਰੀਆਂ ਅਲੱਗ ਅਲੱਗ ਕਿਸਮਾਂ ਨੇ ਇਹ ਫੁੱਲਾਂ ਦੀਆਂ। ਤੇ ਇੱਧਰ ਹੈਗੀ ਆ ਸ਼ਹਿਦ ਵਾਲੀ, ਦੇਖੋ ਜਿਵੇਂ ਹਲਦੀ ਪੈਕ ਕਰੀ ਹੋਈ ਆ ਵੀ ਇੱਧਰ ਸਾਰਾ ਸ਼ਹਿਦ, ਤੇ ਸ਼ਹਿਦ ਵਾਲੀਆਂ ਵੀ ਬਹੁਤ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ, ਆਹ ਵੀ ਦੇਖੋ ਸਾਰੇ ਅਲੱਗ ਅਲੱਗ ਪ੍ਰੋਡਕਟ ਨੇ, ਅਚਾਰ ਵਗੈਰਾ ਹੋ ਗਿਆ ਜਿਵੇਂ ਸ਼ਹਿਦ ਹੋ ਗਿਆ, ਆਹ ਵੀ ਸ਼ਹਿਦ ਹੈ, ਹਲਦੀ ਆ ਗਈ, ਦਾਲ ਆ ਗਈਆਂ ਦੇਖੋ, ਚੌਲ, ਦਾਲਾਂ, ਸ਼ੱਕਰ, ਆ ਦੇਖੋ ਇੱਧਰ ਸ਼ਾਇਦ ਮੱਖੀਆਂ ਵੀ ਲਾਈਆਂ ਹੋਈਆਂ ਨੇ ਬਾਈ ਨੇ ਇੱਥੇ, ਹਲਦੀ ਪੈਕ ਕੀਤੀ ਹੋਈ ਆ, ਆਹ ਸਾਰਾ ਸ਼ਾਇਦ ਆ, ਆਹ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਸਾਰੀਆਂ ਦੇਖੋ ਚੀਜ਼ਾਂ ਬਣੀਆਂ ਹੋਈਆਂ ਨੇ, ਕੁਕੀਜ਼ ਬਣੀਆਂ ਹੋਈਆਂ ਨੇ, ਬਿਸਕੁਟ ਵਗੈਰਾ, ਆਹ ਸਾਰਾ ਦੇਖੋ ਗੁੜ ਤੋਂ ਬਣ ਕੇ ਤਿਆਰ ਹੋਇਆ ਹੋਇਆ, ਆ ਗਿਆ ਸਰੋਂ ਦਾ ਤੇਲ, ਬਹੁਤ ਵੱਡੀਆਂ ਵੱਡੀਆਂ ਸਟਾਲਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ। ਆ ਲਓ ਆ ਗਿਆ ਪੀਲੀ ਸਰੋਂ ਦਾ ਤੇਲ, ਕਿਹੜੇ ਕਿਹੜੇ ਤੇਲ ਨੇ ਬਾਈ ਤੁਹਾਡੇ ਲਵੇ? ਸਰੋਂ ਦਾ ਤੇਲ ਹੈ ਜੀ, ਪੀਲੀ ਸਰੋਂ ਦਾ ਆ ਗਿਆ, ਠੀਕ ਹੈ, ਠੀਕ ਆ ਗਿਆ, ਨਾਰੀਅਲ ਦਾ ਤੇਲ ਆ ਗਿਆ, ਮਤਲਬ ਲੱਕੜ ਦੇ ਕੋਲ ਨਾਲ ਤੇਲ ਕੱਢੇ ਹੋਇਆ ਇਹ ਸਾਰੇ, ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਮਿਕਸ ਹੈਗਾ, ਕੋਈ ਵੀ ਪਾਣੀ ਨਹੀਂ ਮਿਕਸ ਹੈਗਾ, ਠੀਕ ਹੈ ਬਾਈ, 100% ਆਪਣੀ ਗਾਰੰਟੀ ਹੋਊਗੀ, ਕਿਤੇ ਵੀ ਸੈਂਪਲ ਚੈੱਕ ਕਰਵਾ ਸਕਦੇ ਤੁਸੀਂ, ਠੀਕ ਠੀਕ ਹੈ ਬਾਈ, ਪਿਓਰ 101% ਵੀਰੇ ਇਹ ਕੰਮ ਕਰੂਗਾ, ਜਿਹੜਾ ਸਰੋਂ ਦਾ ਤੇਲ ਆ 1 ਲੀਟਰ ਡਬਲ ਕੰਮ ਕਰੂਗਾ ਵੀਰੇ, ਠੀਕ ਹੈ, ਤੇ ਇਹਦੀ ਖੁਸ਼ਬੂ ਲੈ ਕੇ ਦੇਖ ਲਓ ਤੁਸੀਂ, 101% ਫਰਕ ਹੋਊਗੀ, ਖੁਸ਼ਬੂ ਆ ਜਾ, ਠੀਕ ਹੈ, ਕੀ ਕੀ ਰੇਟ ਆ ਬਾਈ ਇਹਦਾ?
ਭਗਵੰਤ ਮਾਨ ਵਾਲਾ ਠੀਕ ਆ ਠੀਕ ਆ ਬਾਈ ਤੇ ਫਿਰ ਉੱਥੇ ਉਹ ਦੁਕਾਨ ਵੀ ਹੈਗੀ ਆਪਣੀ ਕਿਤੇ ਪਿੰਡੇ ਅੱਛਾ ਪਿੰਡੇ ਲੱਗਿਆ ਹੋਇਆ ਠੀਕ ਆ ਠੀਕ ਆ ਠੀਕ ਆ ਲੈ ਬਾਈ ਦੇ ਪਿੰਡੇ ਲੱਗਿਆ ਹੋਇਆ ਲੈ ਵੀ ਕੋਲੂ ਤੇਲ ਬਹੁਤ ਤਰ੍ਹਾਂ ਦੇ ਤੇਲ ਨੇ ਬਾਈ ਕੋਲ ਆ ਲਓ ਵੀ ਇੱਧਰ ਗੁੜ ਤੋਂ ਬਣਿਆ ਹੋਇਆ ਸਾਰਾ ਸਮਾਨ ਬਾਕੀ ਇੱਧਰ ਦੋਨੋਂ ਪਾਸੇ ਸਟਾਲਾਂ ਲੱਗੀਆਂ ਹੋਈਆਂ ਨੇ ਆਹ ਸਾਈਡ ਵੀ ਰੋਡ ਦੇ ਉਧਰਲੀ ਸਾਈਡ ਵੀ ਇਧਰਲੀ ਸਾਈਡ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਵੱਡਾ ਇਹ ਮੇਲਾ ਤੇ ਕਾਫੀ ਖੁੱਲ੍ਹਾ ਟਾਈਮ ਚਾਹੀਦਾ ਇਹ ਮੇਲੇ ਨੂੰ ਘੁੰਮਣ ਵਾਸਤੇ ਸਟਾਲਾਂ ਦੀ ਤਾਂ ਗਿਣਤੀ ਪੁੱਛੋ ਹੀ ਆ ਬਸ ਤੁਸੀਂ ਅਨਲਿਮਿਟਡ ਬਹੁਤ ਕੁਛ ਨਵਾਂ ਦੇਖਣ ਨੂੰ ਮੇਲੇ ਦੇ ਵਿੱਚ ਮਿਲ ਜੂਗਾ ਇੰਟਰਸਟਿੰਗ ਹੈ ਬੂਟੇ ਲੈ ਲੈਣੇ ਆ ਆਹ ਤਾਂ ਨਹੀਂ ਨਰਸਰੀ ਕਿੰਨੇ ਤੇ 5 ਨੰਬਰ ਦੇ ਗੇਟ 'ਤੇ ਅਸੀਂ ਨਾ ਬੂਟੇ ਲੈ ਕੇ ਜਾਣੇ ਨੇ ਘਰ ਉੱਥੇ ਲਾਉਣ ਨੂੰ ਮੋਟਰ 'ਤੇ ਲਾਉਣੇ ਨੇ ਮੋਟਰ 'ਤੇ ਇੱਕ ਕੀਨੂ ਦਾ ਇੱਕ ਚੀਕੂ ਦਾ ਫਲਾਂ ਵਾਲੇ ਬੂਟੇ ਹਾਂ ਅਤੇ ਵੇਲਾਂ ਵੂਲਾਂ ਵੀ ਲੈ ਕੇ ਜਾਣੀਆਂ ਨੇ ਸਬਜ਼ੀ ਵਾਲੀਆਂ ਅਤੇ ਉਹ ਇੱਥੋਂ ਕਹਿੰਦੇ 5 ਨੰਬਰ ਗੇਟ ਤੋਂ ਮਿਲਣਗੇ ਉਹਦੇ ਵਾਲੇ ਫਲਾਂ ਵਾਲੇ ਬੂਟੇ ਅਤੇ 2 ਨੰਬਰ ਤੋਂ ਮਿਲਣਗੇ ਆਪਣੇ ਸਬਜ਼ੀ ਵਾਲੇ ਹੈ ਨਾ 2 ਨੰਬਰ ਤੋਂ ਸਬਜ਼ੀ ਵਾਲੇ ਬਾਕੀ ਆ ਲਓ ਵੀ ਸਟਾਲਾਂ ਲੱਗੀਆਂ ਹੋਈਆਂ ਨੇ ਇਹ ਮੇਲਾ ਸਾਰੀ ਯੂਨੀਵਰਸਿਟੀ ਦੇ ਵਿੱਚ ਹੁੰਦਾ ਆਲੇ ਦੁਆਲੇ ਵਾਲੀਆਂ ਸੜਕਾਂ 'ਤੇ ਸਾਰੀਆਂ 'ਤੇ ਆ ਕੁਛ ਖਾਣ ਪੀਣ ਵਾਲੀਆਂ ਆ ਗਈਆਂ ਲੈ ਦੁਕਾਨਾਂ ਇੱਧਰ ਇੱਥੋਂ ਲੈ ਕੇ ਜਾਣੇ ਨੇ ਹੁਣ ਆਪਾਂ ਫਲਾਂ ਵਾਲੇ ਬੂਟੇ ਇਹ ਯੂਨੀਵਰਸਿਟੀ ਵਾਲਿਆਂ ਦੀ ਲਾਈ ਹੋਈ ਆ ਸਟਾਲ ਅਤੇ ਬਾਕੀ ਇੱਧਰ ਰੇਟ ਵੀ ਲਾਏ ਹੋਏ ਨੇ ਆਹ ਲਿਖੇ ਹੋਏ ਨੇ ਰੇਟ ਇੱਥੇ ਫਲ ਵਿਗਿਆਨ ਵਿਭਾਗ ਕੀਨੂ 100 ਰੁਪਈਏ ਅਮਰੂਦ 100 ਰੁਪਈਏ ਨਿੰਬੂ 80 ਰੁਪਈਏ ਅਤੇ ਆਹ ਇੱਥੋਂ ਸਾਰੇ ਰੇਟ ਲੱਗੇ ਹੋਏ ਨੇ ਬਾਕੀ ਬਹੁਤ ਘੱਟ ਹੈ ਇਸ ਸਟਾਲ 'ਤੇ ਇੱਥੇ ਆਹ ਫਲਾਂ ਵਾਲੇ ਬੂਟੇ ਮਿਲਦੇ ਨੇ ਦੇਖੋ ਆਹ ਜਿਵੇਂ ਆਹ ਲਾਏ ਹੋਏ ਨੇ ਬਾਈ ਉਹਨੇ ਲੈ ਦੇਖੋ ਕਿੰਨੇ ਦਾ ਆ ਬਾਈ ਇਹ 100 ਦਾ ਬਾਈ ਲੈ ਇੱਥੋਂ ਮਿਲੂ ਹੁਣ ਆਪਾਂ ਵੀ ਲੈ ਕੇ ਜਾਣੇ ਨੇ ਬੂਟੇ ਉਹ ਸਾਹਮਣੇ ਵਾਲੀ ਸਟਾਲ ਦਿਖਾਈ ਸੀ ਤੁਹਾਨੂੰ ਯੂਨੀਵਰਸਿਟੀ ਵਾਲਿਆਂ ਦੀ ਆ ਅਤੇ ਉੱਥੋਂ ਆਪਾਂ ਬੂਟੇ ਲੈ ਕੇ ਆਏ ਨੇ 2 ਅਮਰੂਦ ਦੇ ਬੂਟੇ ਨੇ 1 ਕੀਨੂ ਦਾ ਇਹ 100-100 ਦੀ ਨੇ ਨਾ ਅੰਮ੍ਰਿਤ ਬਾਈ ਇਹ 100 ਦਾ ਦਿੱਤਾ 100 ਦਾ ਕੀਨੂ ਦਾ 100-100 ਦਾ ਅਮਰੂਦ ਦਾ ਅਤੇ ਇਹ ਇੱਥੇ ਦੱਸਿਆ ਵੀ ਹੋਇਆ ਵੀ ਕਿਸ ਤਰ੍ਹਾਂ ਲਾਉਣੇ ਨੇ ਆਹ ਦੇਖੋ ਐਵੇਂ ਟੋਆ ਪੱਟ ਕੇ ਇੱਥੇ ਟੋਆ ਭਰਨਾ ਪਾਣੀ ਲਾਉਣ ਦਾ ਢੰਗ ਫਿਰ ਉਸ ਤਰ੍ਹਾਂ ਲਾਉਣਾ ਦੇਖੋ ਉਵੇਂ ਲਾਉਣਾ ਇਹ ਅਤੇ ਸਾਰਾ ਇੱਥੇ ਤਰੀਕਾ ਦੱਸਿਆ ਹੋਇਆ ਵਾ ਬਾਕੀ ਆਹ ਲਏ ਨੇ 3 ਬੂਟੇ ਅਤੇ ਹੋਰ ਸਬਜ਼ੀਆਂ ਵਾਲੀਆਂ ਵੇਲਾਂ ਵੀ ਲੈਣੀਆਂ ਨੇ ਉਹ ਕਹਿੰਦੇ 2 ਨੰਬਰ ਗੇਟ ਤੋਂ ਮਿਲਣਗੀਆਂ ਚੱਕੀ ਬਾਈ ਇੱਕ ਮੈਂ ਚੱਕ ਲੈਣਾ ਲੈ ਚਲੋ ਵੀ ਚਲੋ ਲੈ ਬਈ ਮੇਲੇ ਦੀ ਸਮਾਪਤੀ ਆ ਹੁਣ ਲੈ ਕੇ ਚੱਲੇ ਹਾਂ ਬੂਟੇ ਆਹ ਸਬਜ਼ੀਆਂ ਵਾਲੀ ਵੀ ਲੈ ਲਈ ਆਪਾਂ ਵੇਲਾਂ ਇਹ ਪੂਰੀ ਉਹ ਟਰੇਅ ਮਿਲੀ ਆ ਇਹਦੇ 'ਚ ਕੱਦੂ ਦੇ ਹੋਣਗੇ ਵੇਲਾਂ ਨੇਗੀਆਂ ਤੋਰੀਆਂ ਨੇਗੀਆਂ ਪੇਠੇ ਦੀਆਂ ਇਹ 100 ਰੁਪਇਆਂ ਦੀ ਆ ਇਕੱਠੀ ਉਹ ਟਰੇਅ ਲਓ ਜੀ ਇੱਥੇ ਹੈਗਾ ਯੂਨੀਵਰਸਿਟੀ ਦਾ ਇਹ ਮਸ਼ੀਨਰੀ ਵਿਭਾਗ ਇੱਥੇ ਸਾਰਾ ਇਹ ਬੀਜ ਕੇ ਦਿਖਾਉਂਦੇ ਨੇ ਫਸਲਾਂ ਜਿਹੜੀਆਂ ਨਵੀਆਂ ਨਵੀਆਂ ਇਹ ਮਸ਼ੀਨਾਂ ਤਿਆਰ ਹੁੰਦੀਆਂ ਨੇ ਬਾਕੀ ਉੱਧਰ ਸਾਹਮਣੇ ਵੀ ਦੇਖੋ ਟਰੈਕਟਰ ਚੱਲ ਰਿਹਾ ਅਤੇ ਆਹ ਦੇਖੋ ਜੀ ਨਾ ਬਿਜਾਈ ਕੀਤੀ ਹੈਗੀ ਆਹ ਸ਼ੀਟ ਪਹਿਲਾਂ ਥੱਲੇ ਵਿਛਦੀ ਹੈਗੀ ਫਿਰ ਉਹਦੇ ਉੱਪਰ ਇਸ ਤਰ੍ਹਾਂ ਬਿਜਾਈ ਹੁੰਦੀ ਆ ਆਹ ਦੇਖ ਸਕਦੇ ਹੋ ਆਹ ਜਿਹੜੀ ਸ਼ੀਟ ਆ ਨਾ ਆਹ ਸੀ ਉਹ
ਪਰ ਐਵੇਂ ਇਹਦੇ ਉੱਪਰ ਵੀ ਪਈ ਜਾਂਦਾ, ਇਹਦੇ ਵਿੱਚ ਪੈਂਦਾ ਦੇਖੋ ਵੀ ਹਾਂ ਵੀ ਪਾਇਆ ਹੋਇਆ ਲਓ ਜੀ। ਇਹ ਸਾਰਾ ਮਸ਼ੀਨਰੀ ਵਾਲਾ ਵਿਭਾਗ ਹੈ, ਮੱਕੀ ਗਹਾਈ ਵਾਲਾ ਥਰੈਸਰ ਲਓ ਜੀ, ਕੀਮਤ ਇਹਦੀ 80,000 ਰੁਪਏ ਦੱਸੀ ਹੋਈ ਆ, ਬਾਕੀ ਕੰਮ ਦੀ ਸਮਰੱਥਾ ਵੀ ਦੱਸੀ ਹੋਈ ਹੈ ਇਹਦੀ, 2 ਟਨ ਪ੍ਰਤੀ ਘੰਟਾ, 2 ਤੋਂ 2.5 ਟਨ ਆਹ ਲਿਖਿਆ ਹੋਇਆ ਹੈ ਇਹਦੇ 'ਤੇ, ਗੋਡੀ ਕਰਨ ਵਾਲੀ ਮਸ਼ੀਨ ਲਓ ਜੀ। ਸਮਰੱਥਾ ਲਿਖੀ ਹੋਈ ਇਹਦੀ 0.17 ਏਕੜ ਪ੍ਰਤੀ ਘੰਟਾ, ਇੱਕ ਬੰਦਾ ਇਹਨੂੰ ਚਲਾ ਸਕਦਾ। ਬਾਕੀ ਆਹ ਆ ਗਿਆ 35 horsepower ਦਾ ਟਰੈਕਟਰ, ਇਹਨੂੰ ਖਿੱਚ ਸਕਦਾ ਟਰੈਕਟਰ ਨਾਲ ਚੱਲਣ ਵਾਲਾ ਰੋਟਰੀ ਵੀਡਰ। ਆ ਗਈ BT ਨਰਮੇ ਦੀ ਬਿਜਾਈ ਵਾਲੀ ਮਸ਼ੀਨ ਲਓ ਜੀ, ਨਰਮੇ ਬਿਜਾਈ ਵਾਲੀ ਮਸ਼ੀਨ ਆ ਗਈ ਇਹ, 35 horsepower ਚਾਹੀਦੀ ਹੈ ਇਹਦੇ ਵਾਸਤੇ ਖਿੱਚਣ ਨੂੰ। ਇਹ 1 ਏਕੜ ਪ੍ਰਤੀ ਘੰਟਾ ਲੱਗਦਾ ਇਹਨੂੰ, ਟਾਈਮ ਲੈਂਦੀ ਹੈ, ਘੰਟੇ ਦੇ ਵਿੱਚ 1 ਏਕੜ ਬਿਜਾਈ ਕਰ ਦਿੰਦੀ ਆ। ਬਾਕੀ ਆਹ ਵੀ ਕੋਈ ਕਾਲਜ ਵਾਲੇ ਆਏ ਹੋਏ ਨੇ ਮੇਰੇ ਖਿਆਲ 'ਚ ਇੱਥੇ ਮੇਲੇ ਦੇ ਵਿੱਚ ਦੇਖਣ ਲੈ ਕੇ ਆਏ ਹੋਏ ਨੇ ਕਾਲਜ ਵਾਲੇ, ਇਹਨਾਂ ਨੂੰ। ਆ ਗਿਆ ਮੋਟਰ ਨਾਲ ਚੱਲਣ ਵਾਲੇ ਟੋਕੇ ਦੀ ਸੁਰੱਖਿਅਤ ਵਰਤੋਂ ਵਾਸਤੇ ਮਾਡਲ ਲਓ ਜੀ। ਇਸ ਤਰ੍ਹਾਂ ਸਾਰਾ ਇਹ ਮਸ਼ੀਨਰੀ ਵਿਭਾਗ ਆ ਯੂਨੀਵਰਸਿਟੀ ਦਾ, ਇੱਥੇ ਸਾਰੀਆਂ ਇਹ ਮਸ਼ੀਨਾਂ ਨੇ ਹੱਥ ਨਾਲ ਚੱਲਣ ਵਾਲੀ ਟੋਕੇ ਵਾਲੀ ਮਸ਼ੀਨ ਲਓ ਜੀ। ਇਹ ਸੁਰੱਖਿਆ ਵਾਸਤੇ ਆ ਜਿਹੜਾ ਦਿਖਾਇਆ ਹੋਇਆ ਇਹਨਾਂ ਨੇ ਮਾਡਲ, ਆ ਦੇਖੋ ਇੱਥੇ ਜਾਲੀ ਲੱਗੀ ਹੋਈ ਹੈ ਲਓ ਜੀ, ਇਹ ਸਾਰਾ ਮਸ਼ੀਨਰੀ ਵਿਭਾਗ ਆ ਗਿਆ। ਬਾਕੀ ਆਹ ਦੇਖੋ ਜੀਰੀ ਲਾਉਣ ਵਾਲੀ ਮਸ਼ੀਨ, ਲਾਈ ਵੀ ਹੋਈ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਇੱਥੇ ਮੂਹਰੇ ਮੂਹਰੇ ਸਾਰੇ। ਲਓ ਜੀ ਇਹ ਜਿਹੜੀ ਸਾਰੀ ਇਹ ਮਸ਼ੀਨਰੀ ਆ ਪਸ਼ੂ ਪਾਲਣ ਮੇਲੇ ਵਾਲੇ ਦੇ ਸਾਹਮਣੇ ਆ, ਇੱਧਰ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ ਅਤੇ ਉਹਦੇ ਨਾਲ ਇਹ ਸਾਰਾ ਇਹ ਮਸ਼ੀਨਰੀ ਵਾਲਾ ਵਿਭਾਗ ਆ। ਬਾਕੀ ਆਹ ਸਾਰੀਆਂ ਦਿਖਾਈਆਂ ਨੇ ਆਪਾਂ ਤੁਹਾਨੂੰ ਹੁਣ ਮਸ਼ੀਨਾਂ, ਅਤੇ ਬਾਕੀ ਇੱਧਰ ਚੱਲ ਦਿਆਂਗੇ ਹੋਰ ਹੁਣ, ਵੀ ਆਪਣੇ ਕਿਸਾਨ ਸਾਰੇ ਦੇਖ ਰਹੇ ਨੇ ਲਓ। ਬਾਕੀ ਉੱਧਰ ਵੀ ਸਾਰੀ ਮਸ਼ੀਨਰੀ ਖੜੀ ਆ, ਉਹ ਵੀ ਆਪਾਂ ਜਾ ਕੇ ਦੇਖ ਦਿਆਂਗੇ। ਆਹ ਸਾਰੇ ਸਪਰੇਅ ਵਾਲੇ ਖੜੇ ਨੇ ਲਓ ਜੀ, PAU ਬਹੁਮਤ ਵੀ ਹਾਈ ਕਲੀਰੈਸ਼ ਸਪਰੇਅ, 35 horsepower ਤੋਂ ਵੱਧ ਦਾ ਟਰੈਕਟਰ ਇਹਨੂੰ ਚਾਹੀਦਾ ਲਓ ਜੀ।
1000 ਲੀਟਰ ਇਹਦੀ ਕਪੈਸਿਟੀ ਹੈਗੀ। ਪ੍ਰਤੀ ਘੰਟਾ ਇਹ ਕਰਦੀ ਹੈ 3.5 ਤੋਂ ਲੈ ਕੇ 5 ਏਕੜ ਪ੍ਰਤੀ ਘੰਟਾ। ਲਓ ਜੀ ਦੇਖੋ, ਤੁਸੀਂ ਆਹ ਦੇਖ ਸਕਦੇ ਹੋ, ਇਹ ਵੀ ਸਪਰੇਅ ਵਾਲੀ ਹੈਗੀ। 9.5 ਲੀਟਰ ਪ੍ਰਤੀ ਘੰਟਾ ਕਰ ਦਿੰਦੀ ਹੈ ਜੀ ਇਹ। ਆ ਗਿਆ ਸਰਫੇਸ ਸੀਡਰ, 1.5 ਏਕੜ ਪ੍ਰਤੀ ਘੰਟਾ, 35 ਹਾਰਸ ਪਾਵਰ ਚਾਹੀਦੀ ਇਹਦੇ ਵਾਸਤੇ ਵੀ। ਲਓ ਜੀ ਦੇਖੋ, PAU ਸਮਾਰਟ ਸੀਡਰ, ਇਹ PAU ਵਾਲਿਆਂ ਦਾ ਸਮਾਰਟ ਸੀਡਰ ਹੈ। 1 ਏਕੜ ਪ੍ਰਤੀ ਘੰਟਾ ਕਰਦਾ ਹੈ, 45 ਹਾਰਸ ਪਾਵਰ ਜਾਂ ਉਸ ਤੋਂ ਵੱਧ ਦਾ ਟਰੈਕਟਰ ਇਹਨੂੰ ਲੋੜੀਂਦਾ ਹੈ। ਲਓ ਜੀ ਇਸ ਤਰ੍ਹਾਂ ਸਾਰੇ ਇੱਥੇ ਮਸ਼ੀਨਰੀ ਹੈ, ਇਹ ਮਸ਼ੀਨਰੀ ਵਾਲਾ ਵਿਭਾਗ, ਆਹ ਵੀ ਸੁਪਰ ਸੀਡਰ ਆ ਗਿਆ। ਡੀਜ਼ਲ ਦੀ ਖਪਤ ਇਹਦੀ 7-8 ਲੀਟਰ ਹੈ ਪ੍ਰਤੀ ਘੰਟਾ, 55 ਹਾਰਸ ਪਾਵਰ ਦਾ ਟਰੈਕਟਰ ਚੱਲੂ ਇਹਦੇ 'ਤੇ। ਲਓ ਜੀ ਆ ਗਿਆ PAU ਹੈਪੀ ਸੀਡਰ। ਲਓ ਬਈ ਦੇਖੋ, ਇਹਨੂੰ 50 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ। ਜਾਂ ਯਾਰ ਖੜਾ ਲਓ ਬਈ 53-10। ਕੱਦੂ ਵਾਸਤੇ ਆ ਖੇਤ ਦੀ ਤਿਆਰੀ ਕਰਨ ਨੂੰ। ਹਾਂ ਝੋਨੇ ਵਾਲੀ ਆ ਗਈ ਹੈ ਨਾ, ਝੋਨੇ ਦੀ ਪਨੀਰੀ ਲਾਉਣ ਵਾਲੀ ਮਸ਼ੀਨ ਹੈ ਇਹ। ਕਰਦੀ ਹੈ 8-10 ਏਕੜ ਪ੍ਰਤੀ ਦਿਨ ਦੇ। ਕੀਮਤ ਇੱਕ ਕਿੰਨੀ ਲਿਖੀ ਹੋਈ ਹੈ ਇਹ? 13 ਲੱਖ ਰੁਪਏ। 13 ਲੱਖ ਰੁਪਏ ਦੀ ਮਸ਼ੀਨ ਹੈ ਵੀ ਇਹ ਦੇਖੋ। ਲਓ ਵੀ ਇਹ ਸਾਰਾ ਮਸ਼ੀਨਰੀ ਆਪਾਂ ਦਿਖਾਈ ਆ ਤੁਹਾਨੂੰ। ਚੱਲੀਏ ਵੀ ਅੰਮ੍ਰਿਤ, ਚਲੋ ਜੀ। ਹਾਂਜੀ, ਇਹ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਅਗਲੇ ਵਲੌਗ 'ਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।